ਜੇ ਧਰਮ ਨਾਲ ਸਾਡੇ ਛੇੜਖਾਨੀ ਕਰੋਗੇ ਅਸੀਂ ਵਜੂਦ ਮਿਟਾ ਦੇਵਾਂਗੇ ਜੀ। ਕਿਹੜੀ ਗੱਲਾਂ ਤੁਹਾਨੂੰ ਅਜੇ ਧਿਆਨ ਲਈ ਪ੍ਰੇਰਿਤ ਕੀਤਾ ਹੈ ਜੀ? ਮੈਮ ਇਹ ਆਪਾਂ ਫਿਊਚਰ ਦੀ ਗੱਲ ਸੋਚ ਕੇ ਆਏ, ਆਉਣ ਵਾਲੀ ਪੀੜ੍ਹੀ ਨੂੰ ਅੰਦਰੋਂ ਖੋਖਲਾ ਕਰਨਾ। ਅੰਦਰੋਂ ਵਾਰ ਕਰਦੇ ਸਿਉਂ ਵਾਂਗੂ ਚਿੰਬੜ ਗਏ ਨੇ, ਇਹ ਹੋਰ ਨਹੀਂ ਕੋਈ ਆਪਣੇ ਹੀ ਚਿੰਬੜੇ ਹੋਏ ਨੇ। ਐਡੀ ਬੜੀ ਸ਼ਹੀਦੀ ਹੋਈ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ, ਉਹਨਾਂ ਨੂੰ ਇੱਦਾਂ ਪੇਸ਼ ਕੀਤਾ ਗਿਆ ਕਿ ਮਾਤਾ ਗੁਜਰੀ ਨੂੰ ਦੁਰਗਾ ਮਾਂ ਨੇ ਆ ਕੇ ਪੁੱਛਿਆ ਕਿ ਤੂੰ ਆਪਣੇ ਪੋਤਿਆਂ ਦੀ ਸ਼ਹਾਦਤ ਰੋਕਣਾ ਚਾਹੁੰਦੀ ਹੈ, ਤਾਂ ਮਾਤਾ ਗੁਜਰੀ ਕਹਿੰਦੇ ਹਾਂ ਮੈਂ ਰੋਕਣਾ ਚਾਹੁੰਦੀ ਹਾਂ। ਅਤੇ ਇਹ ਸਾਨੂੰ ਕਹਿੰਦੇ ਅਸੀਂ ਇੱਕ ਸਿੰਘ ਨੂੰ ਅੱਗ ਦੇ ਵਿੱਚ ਬਲੀ ਦਿੱਤੀ, ਜਦਕਿ ਸਾਡੀ ਨੀਹਾਂ ਬੋਲਦੀਆਂ ਨੇ ਜੀ, ਅੱਜ ਵੀ ਬੋਲਦੀਆਂ ਨੇ। ਉਹ 20 ਯੂਨੀਵਰਸਿਟੀਆਂ 'ਚ ਉਹ ਫੂਕਤੀਆਂ ਇਹਨਾਂ ਨੇ, ਜਿੱਡਾ ਜਿਹੜਾ ਪੁਰਾਣਾ ਇਤਿਹਾਸ ਹੈ ਸਾਰਾ ਫੂਕਤਾ। ਇਹ ਸ਼ਰਾਰਤਾਂ ਚੱਲ ਰਹੀਆਂ, ਬਾਬੇ ਨਾਨਕ ਦੀ ਬਾਣੀ ਹੈ ਜਿਹੜੀ ਉਹ ਇਹਨਾਂ ਨੂੰ ਚੁੱਭਦੀ ਸੀਗੀ। ਮਸਲਾ ਸਿੱਖ ਇਤਿਹਾਸ ਦੇ ਨਾਲ ਛੇੜਛਾੜ ਕਰਨ ਦਾ ਹੈ, ਸਾਡੇ ਸ਼ਹੀਦਾਂ ਬਾਰੇ ਗਲਤ ਸ਼ਬਦਾਵਲੀ ਵਰਤਣ ਦਾ ਹੈ, ਤਾਂ ਆਪਾਂ ਹੁਣ ਕੁਛ ਨੌਜਵਾਨ ਵੀਰਾਂ ਨਾਲ ਗੱਲਾਂ ਕਰਾਂਗੇ ਅਤੇ ਜਾਣਾਂਗੇ ਉਹਨਾਂ ਦੇ ਵਿਚਾਰ ਕੀ, ਉਹ ਕੀ ਵਿਚਾਰ ਰੱਖਦੇ ਨੇ, ਕੀ ਉਹਨਾਂ ਦੇ ਜਿਹੜੇ ਵਿੱਚ ਵਿਊ ਨੇ ਉਹਨਾਂ ਦੇ ਇਹਨਾਂ ਬਾਰੇ, ਅਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਕਿੱਥੋਂ ਆਏ ਹੋ ਜੀ? ਖਰੜ ਤੋਂ ਆਇਆ ਜੀ। ਕੀ ਨਾਮ ਕੀ ਹੈ ਜੀ ਤੁਹਾਡਾ? ਸਰਬਜੋਤ ਸਿੰਘ। ਠੀਕ ਹੈ ਜੀ, ਅਤੇ ਇੱਕ ਤੁਸੀਂ ਕੀ ਸਮਝ ਕੇ ਆਏ ਹੋ ਅੱਜ, ਕੀ ਸਮਝ ਕੇ ਕਿਹੜੀ ਗੱਲਾਂ ਤੁਹਾਨੂੰ ਅਜੇ ਧਿਆਨ ਲਈ ਪ੍ਰੇਰਿਤ ਕੀਤਾ ਹੈ ਜੀ? ਮੈਮ ਇਹ ਆਪਾਂ ਫਿਊਚਰ ਦੀ ਗੱਲ ਸੋਚ ਕੇ ਆਏ, ਆਉਣ ਵਾਲੀ ਪੀੜ੍ਹੀ ਨੂੰ ਅੰਦਰੋਂ ਖੋਖਲਾ ਕਰ ਲੈਣਾ। ਅੰਦਰੋਂ ਵਾਰ ਕਰਦੇ ਸਿਉਂ ਵਾਂਗੂ ਚਿੰਬੜ ਗਏ ਨੇ, ਇਹ ਹੋਰ ਨਹੀਂ ਕੋਈ ਆਪਣੇ ਹੀ ਚਿੰਬੜੇ ਹੋਏ ਨੇ ਜੀ। ਇਹ ਆਪਣੇ ਹੀ ਵਾਰ ਕਰਦੇ ਪਿੱਠ 'ਤੇ, ਅਤੇ ਆਪਣੇ ਹੀ ਗਦਾਰੀਆਂ ਕਰਕੇ ਆਪਾਂ ਜੀ ਧਰਨਿਆਂ 'ਤੇ ਬੈਠੇ ਹਾਂ, ਪਹਿਲਾਂ ਵੀ ਅਤੇ ਹੁਣ ਵੀ। ਤੁਹਾਨੂੰ ਕਿਹੜੇ ਕਿੱਥੋਂ ਪਤਾ ਲੱਗਾ ਕਿ ਸਾਡੇ ਸਿੱਖ ਇਤਿਹਾਸ ਜਿਹੜਾ ਉਹਦੇ ਨਾਲ ਬਹੁਤ ਜਿਹੜੀ ਆ ਵੱਡੇ ਪੱਧਰ 'ਤੇ ਛੇੜਛਾੜ ਕੀਤੀ ਜਾ ਰਹੀ ਹੈ ਕਿਤਾਬਾਂ ਦੇ ਵਿੱਚ? ਮੈਡਮ ਮੈਂ ਫੇਸਬੁੱਕ 'ਤੇ ਦੇਖਿਆ ਸੀਗਾ, ਇੱਕ ਕਿਸੇ ਦੀ ਇੰਟਰਵਿਊ ਦੇਖਦਾ ਸੀਗਾ ਮੈਂ, ਉਹਨਾਂ ਨੇ ਦੱਸਿਆ ਕਿ ਇੱਦਾਂ ਹਿਸਟਰੀ ਆਫ ਪੰਜਾਬ ਬੁੱਕ ਹੈ MS ਮਾਨ ਦੀ, ਅਤੇ ਮੈਂ ਉਹਨੂੰ ਪੜ੍ਹਿਆ, ਅਤੇ ਮੈਂ ਪੜ੍ਹਿਆ ਅਤੇ ਉਹਦੇ ਵਿੱਚ ਮੈਨੂੰ ਕਾਫੀ ਗੱਲਾਂ ਡਿਸਟਰਬਿੰਗ ਲੱਗੀ ਆ। ਜਿੱਦਾਂ ਕਿ 6ਵੇਂ ਪਾਤਸ਼ਾਹ ਬਾਰੇ ਲਿਖਿਆ ਸੀਗਾ ਕਿ ਉਹ ਚੋਰ ਸੀ, ਡਕੈਤੀ ਕਰਦੇ ਸੀ, ਆਪਣੇ ਵਾਅਦੇ ਤੋਂ ਮੁਨਕਰ ਹੋ ਗਏ। ਉਹਦੇ ਵਿੱਚ ਇਹ ਲਿਖਿਆ ਕਿ ਹੀ ਵਾਜ਼ ਯੂਜ਼ ਟੂ ਸਰਾਊਂਡਡ ਬਾਏ ਐਕਸਲੈਂਟ ਐਂਡ ਗੋਰਜੀਅਸ ਰਿਟੀਨਿਊਜ਼, ਮਤਲਬ ਸੋਹਣੀਆਂ ਅਤੇ ਸੁਸ਼ੀਲ ਕੰਨਿਆਂ ਨਾਲ ਉਹ ਸਰਾਊਂਡਡ ਹੁੰਦੇ ਸੀਗੇ, ਉਹਨਾਂ ਦਾ ਘੇਰਾ ਹੁੰਦਾ ਸੀ, ਉਹ ਇੰਨਾ ਮੌਤ ਤੋਂ ਡਰਦੇ ਸੀਗੇ ਕਿ ਆਪਣੇ ਨਾਲ ਉਹ 60 ਬੰਦੇ ਰੱਖਦੇ ਸੀ। ਫਿਰ ਆਪਣੇ ਇਤਿਹਾਸ 'ਤੇ ਇਹੋ ਜਿਹਾ ਛੇੜਛਾੜ ਹੋਇਆ, ਐਡੀ ਬੜੀ ਸ਼ਹੀਦੀ ਹੋਈ ਫਤਿਹਗੜ੍ਹ ਸਾਹਿਬ ਦੀ ਧਰਤੀ 'ਤੇ, ਉਹਨਾਂ ਨੂੰ ਇੱਦਾਂ ਪੇਸ਼ ਕੀਤਾ ਗਿਆ ਕਿ ਮਾਤਾ ਗੁਜਰੀ ਨੂੰ ਦੁਰਗਾ ਮਾਂ ਨੇ ਆ ਕੇ ਪੁੱਛਿਆ ਕਿ ਤੂੰ ਆਪਣੇ ਪੋਤਿਆਂ ਦੀ ਸ਼ਹਾਦਤ ਰੋਕਣਾ ਚਾਹੁੰਦੀ ਹੈ, ਤਾਂ ਮਾਤਾ ਗੁਜਰੀ ਕਹਿੰਦੇ ਹਾਂ ਮੈਂ ਰੋਕਣਾ ਚਾਹੁੰਦੀ ਹਾਂ, ਅਤੇ ਮਾਂ ਦੁਰਗਾ ਕਹਿੰਦੀ ਹੈ ਕਿ ਤੁਸੀਂ ਇੱਕ ਸਿੰਘ ਦੀ ਬਲੀ ਦੇ ਦਿਓ। ਉਹਨਾਂ ਨੇ ਫਿਰ ਇੱਕ ਸਿੰਘ ਦੀ ਬਲੀ ਦਿੱਤੀ। ਇਹ ਸਾਡਾ ਇਤਿਹਾਸ ਹੈ ਜੀ, ਅਸੀਂ ਮਰਦੇ ਹਾਂ ਲੋਕਾਂ ਲਈ, ਇਨਸਾਨੀਅਤ ਲਈ, ਅਤੇ ਅਸੀਂ ਆਪਣਿਆਂ ਲਈ ਦੂਜਿਆਂ ਨੂੰ ਮਾਰ ਦੇਂਗੇ ਜੀ? ਅਸੀਂ ਦੂਜਿਆਂ ਲਈ ਮਰਦੇ ਆਏ ਜੀ, ਅਤੇ ਇਹ ਸਾਨੂੰ ਕਹਿੰਦੇ ਅਸੀਂ ਇੱਕ ਸਿੰਘ ਨੂੰ ਅੱਗ ਦੇ ਵਿੱਚ ਬਲੀ ਦਿੱਤੀ, ਜਦਕਿ ਸਾਡੀ ਨੀਹਾਂ ਬੋਲਦੀਆਂ ਨੇ ਜੀ, ਅੱਜ ਵੀ ਬੋਲਦੀਆਂ ਨੇ। ਉਹ ਉਹਨਾਂ 'ਚ ਦਰਦ ਹੈ, ਅੱਜ ਵੀ ਜਾ ਕੇ ਉੱਥੇ ਰੋਈਦਾ, ਉੱਥੇ ਸੋਚੀਦਾ ਕਿ ਇੱਥੇ ਕੀ ਹੋਇਆ ਸੀ, ਉੱਥੇ ਦਿਲ ਕੰਬ ਜਾਂਦਾ ਜੀ। ਅਤੇ ਇਹ ਸਾਨੂੰ ਕਹਿੰਦੇ ਕਿ ਤੁਸੀਂ ਬਲੀਆਂ ਦਿੰਦੇ ਸੀ, ਬਲੀ ਤਾਂ ਸਾਡੇ ਧਰਮ 'ਚ ਕਿਤੇ ਨਹੀਂ, ਅਸੀਂ ਆਪ ਅੱਗੇ ਮੁਹਾਰੇ ਹੁੰਦੇ ਹਾਂ ਜੀ। ਸਾਡਾ ਮੈਨੂੰ ਇੱਕ ਛੋਟੇ ਜਿਹੇ ਤਖਤ ਲਈ, ਆਪਣੇ ਛੋਟੇ ਤਖਤ ਲਈ ਪੂਰਾ ਪਰਿਵਾਰ ਵੀ ਵਾਰਨਾ ਪੈ ਜਾਂਦਾ ਜੀ, ਮੈਂ ਉਹ ਵੀ ਵਾਰ ਦੂੰਗਾ, ਇੱਕ ਨੌਕਰੀ ਪਿੱਛੇ ਵਾਰ ਦੂੰਗਾ, ਅਤੇ ਉਹ ਤਾਂ ਇਨਸਾਨੀਅਤ ਲਈ ਸੀ, ਸਾਡੇ ਗੁਰੂ ਤੋਂ ਅਸੀਂ ਸਿੱਖਦੇ ਹਾਂ। ਜੇ ਤੁਸੀਂ ਇਹਨਾਂ ਨੇ ਇੰਨਾ ਡਰਪੋਕ ਸਾਡੇ ਗੁਰੂ ਨੂੰ ਪੇਸ਼ ਕੀਤਾ, ਇੰਨਾ ਡਰਪੋਕ, ਅਸੀਂ ਉਹਨਾਂ ਦੇ ਚੱਲੇ ਰਸਤਿਆਂ ਦੇ ਚੱਲਦੇ ਹਾਂ ਜੀ, ਉਹਨਾਂ ਦੇ ਦੱਸੇ ਰਸਤੇ ਚੱਲਦੇ ਹਾਂ ਜੀ, ਅਤੇ ਅਸੀਂ ਮਰਨ ਮਰਨ ਨੂੰ ਤਿਆਰ ਹੈ, ਅਤੇ ਸਾਡੇ ਗੁਰੂ ਨੂੰ ਇਹਦਾ ਡਰਪੋਕ ਸੀ, ਅਸੀਂ ਤਾਂ ਇੱਟ ਨਾਲ ਇੱਟ ਖੜਕਾ ਦਿਆਂਗੇ ਜੀ। ਆਹ ਲਿਖਿਆ ਜੀ, ਜੇ ਧਰਮ ਨਾਲ ਸਾਡੇ ਛੇੜਖਾਨੀ ਕਰੋਗੇ ਅਸੀਂ ਵਜੂਦ ਮਿਟਾ ਦਿਆਂਗੇ ਜੀ। ਤਾਂ ਜੁਰਤ ਰੱਖਦੇ ਆ ਬੱਚੇ ਨੇ, ਛੋਟੇ ਛੋਟੇ 10ਵੀਂ 12ਵੀਂ ਦੇ ਬੱਚੇ ਨੇ, ਇਹ ਆਪ ਮੁਹਾਰੇ ਹੋ ਕੇ ਆਏ ਨੇ ਜੀ, ਇਹ ਆਪ ਮੁਹਾਰੇ ਹੋ ਕੇ ਆਏ ਨੇ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਜੀ, ਅਤੇ ਹੁਣ ਅੱਗੇ ਵੱਧਦੇ ਹਾਂ ਜੀ ਅਸੀਂ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਅਤੇ ਇਹ ਸੀ ਸਾਡੇ ਨੌਜਵਾਨਾਂ ਦੇ ਵਿਚਾਰ, ਅਤੇ ਹੁਣ ਆਪਾਂ ਗੱਲ ਕਰਦੇ ਹਾਂ, ਸਾਡੇ ਨਾਲ ਇੱਕ ਬਜ਼ੁਰਗ ਖੜੇ ਨੇ, ਅਤੇ ਆਪਾਂ ਹੁਣ, ਹਾਂਜੀ ਬਾਬਾ ਜੀ, ਕੀ ਨਾਂ ਹੈ ਜੀ ਤੁਹਾਡਾ? ਮੇਵਾ ਸਿੰਘ ਪਰਖਾਲੀ ਮੇਰਾ ਨਾਂ ਹੈ, ਮੈਂ ਵੀ ਖਰੜ ਤੋਂ ਇਹਨਾਂ ਦੇ ਗੁਆਂਢੀ ਹੈ। ਅਤੇ ਕੀ ਸੋਚ ਕੇ ਆਏ ਹੋ ਅੱਜ ਇਸ ਰੈਲੀ 'ਤੇ, ਕੀ ਕਿਹੜੀ ਚੀਜ਼ਾਂ ਨੇ ਤੁਹਾਨੂੰ ਪ੍ਰੇਰਿਤ ਕੀਤਾ ਕਿ ਸਾਨੂੰ ਵੀ ਇੱਥੇ ਆਉਣਾ ਚਾਹੀਦਾ ਹੈ? ਮੈਂ 10 ਸਾਲ ਤੋਂ ਮੈਂ ਰਿਟਾਇਰਡ ਅੰਡਰ ਸੈਕਟਰੀ ਹੈ, 12-13 ਸਾਲ ਹੋ ਗਏ ਮੈਂ ਰਿਟਾਇਰ ਹੋਏ ਨੂੰ, ਰਿਟਾਇਰਡ ਅੰਡਰ ਸੈਕਟਰੀ ਹੈ। ਇਹਨਾਂ ਲੋਕਾਂ ਨੇ ਇਤਿਹਾਸ ਹੀ ਨਹੀਂ ਪੜ੍ਹਿਆ, ਇਤਿਹਾਸ ਜੋ ਅਸਲੀ ਇਤਿਹਾਸ ਹੈ ਧਰਤੀ ਦੇ ਅੰਦਰ ਦੱਬਿਆ ਹੋਇਆ, ਜਿਹੜਾ ਇਤਿਹਾਸ ਸਾਨੂੰ ਪੜ੍ਹਾਉਂਦੇ ਉਹ ਗਲਤ ਇਤਿਹਾਸ ਪੜ੍ਹਾਉਂਦੇ ਆ। ਮਤਲਬ ਗੁਰੂ ਸਾਹਿਬਾਨ ਦਾ ਜਿਹੜਾ ਇਤਿਹਾਸ ਹੈ ਉਹ ਤਾਂ ਉਸ 'ਤੇ ਪਹਿਲਾਂ ਵੀ ਸਾਡੇ ਨਾਲ ਧੱਕਾ ਹੁੰਦਾ ਰਿਹਾ। 5000 ਸਾਲ ਤੋਂ ਦੋ ਧਰਮ ਸੀਗੇ ਇੱਥੇ, ਇੱਕ ਸ਼ਰਮਣ ਧਰਮ ਸੀਗਾ, ਇੱਕ
हिंदू अपने सनातन धर्म सीगा इन्हां दोहां दी 5000 साल ते लड़ाई हुंदी रही है। 2200 साल पहला बुद्ध आया थे, 2300 साल पहला बुद्ध ने हिंदू धर्म दा यह सनातन धर्म दब लिया। इन्हां ने दसवां जिहड़ा सीगा साडा राजा सीगा बृहद्रथ राजा अशोक की दसवीं पीढ़ी सीगी धोखे नाल मारता, कहिंदे ओह रावण मारिया। वो रावण नहीं सी, वो साडा सम्राट सीगे दसवें 20 यूनिवर्सिटीज़ सी इत्थे नलंदा टैक्सला होर उज्जैन 20 यूनिवर्सिटियां थी, वह फूकतिया इन्होंने जड़ा जड़ा पुराना इतिहास है सारा फूकता। जेड़े लोग बचे है कुछ तो साढ़े सानू गुलाम बना लिया जिन्हों शूद्र कहते हैं, कुछ लोग चीन च नठ गए बर्मा च नठ गए तो होर पास नठ गए, उन्होंने साड़ा जो बुद्ध धर्म है साढ़े वो बचाया है। उस तो बाद सानू 2200 साल पहला सानू तो सानू अपने धर्म का ही नहीं पता लग्या, जदों इन्हां दे मतलब बड़ा साढ़े पर जुर्म होण लगे, सानू ना बैठण दा अधिकार सी ना रोटी खाण दा अधिकार सीगा, कपड़े पाउण दा सानू गंदियां विच रहण दा अधिकार सीगा। ते उस टाइम दे विच मुगल आ गए, कि उन्हां नू राज तां करना आउंदा नहीं, मुगलां ते डरदे लोग इन्हां ते डरदे लोग सनातन उहदे च मुसलमान बन गए। उस 500 साल पहला साढ़ा एक होर 600 साल पहला आया रविदास कबीर फरीद बाबा नानक, एक क्रांतिकारी योद्धे सीगे, इन्हां रिवोल्ट करी है सनातन धर्म के खिलाफ। उन्होंने इन्हां ने भगत कहता, वह भगत नहीं थे क्रांतिकारी योद्धे सीगे। जदों उन्हां दी डैथ हो गई उन्हां दे नाल गंगा माइया जोड़ती, किसी ने राम मोड़ता किसी ने कृष्ण जोड़ता। उस तो बाद बाबा नानक ने क्या करिया अपना चेला बना लिया, गुरु बनाता दूजा अंगद देव, इस तरह इन्हां दी पीढ़ी 10 चली। पर यह इन्हां नूं फिर भी साड़ियां शरारतां चलदियां नहीं हैं, ये शरारतां चल रही हैं। बाबे नानक की बाणी है जिहड़ी वह इन्हां नूं चुभदी सीगी, उहनूं खत्म करन करके बाबे नानक नूं मार नहीं सके, बाबे नानक नूं मारन करके पर इहदी मर्यादा नूं खत्म करने वास्ते चली गए। जिहड़ा तीजा गुरु होया अपना गुरु अमरदास, उन्हें कहा भी तुसीं किसी गलत बाणी नहीं पढ़नी, गावो सच्ची बाणी, कहा ना वह सच्ची बाणी दे विच इन्हां नूं फिर मिर्चां लगियां भी है साड़ी बाणी पढ़नी रहे। फिर पंजवें गुरु ने क्या करिया सारी बाणी जिहड़ी वह भगत के ग्रंथ साहिब बनाता। जदों ग्रंथ साहिब बनिया इन्हां दे अग लागी गुरु ते गुरु पंजवें गुरु नूं इन्हें शहीद करता, छेवें गुरु नूं फिर कैद कर लिया संखेप भी दादा। जिहड़ा नौवां गुरु सीगा वह गुरु तेग बहादुर नूं हिंदू धर्म की राखी वास्ते नहीं शहीद करिया, उन्होंने वह होए साडे ब्राह्मण जिन्हों ब्राह्मण आप कहें उन्हां दे जनेऊ और बोधी तिलक वह ला रहा सी औरंगजेब, होर तो किसी नाल तबलक नहीं सी। उन्होंने अपनी गला अपनी बला गुरु तेग बहादुर ते मरता, तो गुरु तेग बहादुर साडा सिख धर्म का इतिहास है, जो साढ़े को आंदा असी उसकी मदद करते हैं। तो वो जदों आए हैं अपने कश्मीर के ब्राह्मण, तो इन्होंने कहता भी जो साडा गुरु है वह जे मुसलमान बनता तो असी तैयार है। गुरु तेग बहादुर ने शहीदी दी है किदे वास्ते, तिलक जंजू वास्ते, इन्होंने उन्होंने कन्वर्ट करता हिंदुओं वास्ते, हिंदुओं वास्ते कोई नहीं दी। जेडे 52 राजे छड़ाए से गुरु हरगोबिंद सिंह ने, वह 52 राजे जोड़े पुत पोते सके उन्होंने गुरु गोबिंद सिंह पर अटैक करया, उन्होंने मुगलों की फौज किराए पर ली। तो गुरु गोबिंद सिंह का जोड़ा है 10 लाख फौज सानू मतलब वो नहीं सकी, साडा जोड़ा इतिहास है ये तोड़ मरोड़ के पेश करते हैं। बहुत बहुत शुक्रिया जी। हल है हुण इहदा हल है, मैं सिरसा साहब नूं कहा सीगा भी 15 बंदियां दी कमेटी बनाओ, कमेटी दे जे 5 वकील होवे, 2-3 इतिहासकार होवे, 2-3 मेरे वर्गे एंशंट हिस्टरी दे इतिहासकार होवे जिहड़ी पुरानी सिया जी 5000 साल दी, ते बाकी होर पढ़े लिखे बंदे होवे उन्हां दा विच इक साडी कमेटी बणे। ओह कमेटी बण के फिर इक चिट्ठी लिखी जावे, संखेप इक पेज दी चिट्ठी लिखी जावे, और जिते लिखा जाए भाई आ कल हो गया इतने साड़ा इतिहास बदला जाता तुम अपनी टिप्पणी दो, वो सारिया पोलीटिकल पार्टिया के हैडा भेजा जाए, अकाल तख्त में भेजा जाए, अपने गुरद्वारा प्रबंधक कमेटी को भेजा जाए, तो जिन्हें भी यह डेरे है डेरिया दी जाए भी तुम 15 दिन अपने टिप्पणी दो, जेकर वो टिप्पणी नहीं देंगे तो समझ लिया जाएगा भी वह RSS के बंदे है, जे वो टिप्पणी देंगे है उस तरीके नाल सारे कौम नूं असीं एक प्लेटफार्म ते ल्यावांगे। बहुत बहुत शुक्रिया जी थोड़ा बहुत बहुत।